ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਚੱਲੇ ਹਾਂ ਚੰਡੀਗੜ੍ਹ। ਤੇ ਚੰਡੀਗੜ੍ਹ ਅਸੀਂ ਕਿਉਂ ਚੱਲੇ ਆ ਇਹ ਦੱਸਣਾ ਨਹੀਂ ਅਸੀਂ, ਕੋਈ ਨਾ ਤੁਹਾਨੂੰ ਪਤਾ ਲੱਗ ਜਾਣਾ, ਫਿਰ ਦੱਸਾਂਗੇ। ਜੇ ਸਾਡਾ ਕੰਮ ਹੋ ਗਿਆ ਤਾਂ ਅਸੀਂ ਕਿਸੇ ਜ਼ਰੂਰੀ ਕੰਮ ਚੱਲੇ ਆ, ਜੇ ਨਾ ਹੋਇਆ ਫਿਰ ਤਾਂ ਕਰਕੇ ਅਸੀਂ ਕਿਹਾ ਵੀ ਦੱਸਦੇ ਨਹੀਂ ਹੈਗੇ, ਜੇ ਹੋ ਗਿਆ ਤਾਂ ਦੱਸਾਂਗੇ। ਬਲੌਗ ਅਸੀਂ ਇਸ ਤਰੀ ਬਣਾ ਰਹੇ ਹਾਂ। ਮਨਰਾਜ ਕਹਿੰਦਾ ਅਸੀਂ ਚੰਡੀਗੜ੍ਹ ਚੱਲੇ ਹਾਂ, ਮੈਨੂੰ ਬਹੁਤ ਖੁਸ਼ੀ ਹੈ, ਕਹਿੰਦਾ ਬਲੌਗ ਜ਼ਰੂਰ ਬਣਾਉਣਾ, ਕਹਿੰਦਾ ਜ਼ਿਆਦਾ ਵਧੀਆ ਗੱਲ ਆ ਚੰਡੀਗੜ੍ਹ ਜਾਣਾ, ਕਹਿੰਦਾ ਖੁਸ਼ੀ ਦੀ ਗੱਲ ਆ ਮੇਰੇ ਲਈ, ਕਹਿੰਦਾ ਜੇ ਹੋ ਸਕਿਆ ਟਾਈਮ ਬਚਿਆ ਤਾਂ ਮੈਂ ਜ਼ਰੂਰ ਘੁੰਮ ਕੇ ਆਊਂਗਾ, ਬਾਕੀ ਦੇਖਦੇ ਹਾਂ। ਕਿੰਨੇ ਵਾਰ ਗਿਆ? ਪੰਜ ਛੇ ਵਾਰ ਥੋੜ੍ਹਾ ਗਾ, ਠੀਕ ਆ। ਚਲੋ ਕੋਈ ਨਾ, ਦੇਖਦੇ ਹਾਂ, ਜੇ ਥੋੜ੍ਹਾ ਟਾਈਮ ਹੋਇਆ ਤਾਂ ਕਿਤੇ ਉੱਥੇ ਥੋੜ੍ਹਾ ਰੁਕਾਂਗੇ, ਥੋੜ੍ਹੀ ਵੀਡੀਓ ਬਣਾ ਲਿਆਵਾਂਗੇ ਅਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹੁਣ ਰਾਜ ਕੁਛ ਕਹਿਣਾ ਚਾਹੋਗੇ? ਬਸ ਹੁਣ ਅਸੀਂ ਚੱਲਦੇ ਹਾਂ ਜੀ। ਮਨਰਾਜ ਕੁਛ ਕਹਿਣਾ ਚਾਹੇਗਾ? ਹਾਂਜੀ ਭਾਬੀ, ਬਸ ਆਪਾਂ ਚੱਲਦੇ ਹੁਣ। ਚਲੋ ਚਲੀਏ। ਬਾਏ ਮੀ। ਸਾਡਾ ਕੰਮ ਕੰਪਲੀਟ ਹੋ ਗਿਆ ਜੀ, ਅਤੇ ਹੁਣ ਅਸੀਂ ਚੱਲੇ ਹਾਂ ਘਰ ਵਾਪਸ, ਅਤੇ ਜਾ ਕੇ ਤੁਹਾਨੂੰ ਦੱਸਦੇ ਹਾਂ ਕਿ ਰੀਜ਼ਨ ਕੀ ਸੀ ਸਾਡੇ ਆਉਣ ਦਾ। ਬਈ ਆ ਕੇ ਤੁਸੀਂ ਪਾਸਪੋਰਟ ਬਣਾਉਣ ਗਏ ਸੀਗੇ? ਹਾਂਜੀ ਡੈਡੀ। ਬਹੁਤ ਜਲਦੀ ਮੁੜੇ ਆਏ ਡੈਡੀ ਜੀ, ਟਾਈਮ ਹੀ ਨਹੀਂ ਲੱਗਿਆ ਕੁਛ, ਜਦੋਂ ਅਸੀਂ ਪਹੁੰਚੇ ਜਦੇ ਨਾਲ ਦੀ ਨਾਲ ਹੀ ਵਾਰੀ ਆ ਗਈ, ਜਦੇ ਮੈਂ ਅੰਦਰ ਫੇਰ ਅੱਗੇ ਬਾਲਾ ਛੇਤੀ ਛੇਤੀ ਹੋਇਆ ਡੈਡੀ। ਇਹ ਬਹੁਤ ਸਿਸਟਮ ਆ ਜਿਹੜਾ ਟਾਈਮ ਦਿੰਦੇ ਨੇ। ਹਾਂਜੀ ਡੈਡੀ, ਇਹ ਤਾਂ ਟਾਈਮ ਤਾਂ ਬਾਹਰਲੇ ਸਿਸਟਮ ਵਾਲਾ, ਡਰਾਈਵਰੀ ਲਾਇਸੈਂਸ ਪਾਸਪੋਰਟ ਇਹ ਤਾਂ ਟਾਈਮ ਦਿੰਦੇ ਨੇ। ਬਾਕੀ ਡੈਡੀ ਆਪਣੇ ਇੱਥੇ ਤਾਂ ਰਸ਼ ਹੁੰਦਾ, ਲੁਧਿਆਣੇ ਵੀ ਅੰਮ੍ਰਿਤਸਰ ਵੀ ਇੱਥੇ ਜਮਾ ਹੀ ਰਸ਼ ਨਹੀਂ ਸੀਗਾ ਜੀ। ਉਧਰ ਰਸ ਦੀ ਗੱਲ ਹੀ ਜੇ ਟਾਈਮ ਦੇ ਤਾਂ। ਹਾਂਜੀ ਨਹੀਂ, ਪਰ ਇੱਥੇ ਜਿਵੇਂ ਆਪਾਂ ਗਏ ਸੀਗੇ ਹਨਾ ਲੁਧਿਆਣੇ ਵੀ, ਇੱਥੇ ਵੀ ਟਾਈਮ ਤਾਂ ਦਿੰਦੇ ਆ, ਪਰ ਇੱਥੇ ਰਸ਼ ਹੁੰਦਾ ਫਿਰ। ਕਈ ਵਾਰੀ ਪਾਸਪੋਰਟ ਇੱਕ ਬਣਾਉਣ ਵਾਲਾ ਹੁੰਦਾ, 4-5 ਨਾਲ ਚ ਲੈਂਦਾ। ਹਾਂਜੀ ਟ੍ਰੈਫਿਕ ਬਹੁਤ ਸੀ। ਹਾਂ ਟ੍ਰੈਫਿਕ ਬਹੁਤ ਸੀ, ਰਸਤੇ 'ਚ ਟਾਈਮ ਲੱਗਿਆ ਡੈਡੀ, ਉੱਥੇ ਤਾਂ ਜਮਾ ਹੀ ਨਹੀਂ ਟਾਈਮ ਲੱਗਿਆ। ਟ੍ਰੈਫਿਕ ਬਹੁਤ ਆ ਡੈਡੀ, ਲੁਧਿਆਣੇ ਵੀ ਟ੍ਰੈਫਿਕ ਬਹੁਤ ਆ। ਰਸਤੇ ਦੇ ਵਿੱਚ ਸੀ ਡੈਡੀ, ਚੰਡੀਗੜ੍ਹ ਤੇ ਨਹੀਂ ਸੀਗਾ, ਰਸਤੇ ਦੇ ਵਿੱਚ ਥੋੜਾ ਸੀ। ਕਿੱਥੇ ਡੈਡੀ? ਚੰਡੀਗੜ੍ਹ ਕੇ ਲੁਧਿਆਣੇ? ਮੈਨੂੰ ਲੱਗਿਆ ਜੀ ਕਿਤੇ ਚੰਡੀਗੜ੍ਹ ਲੈ ਗਏ। ਪੋੜੋ ਚੜੀ ਮੈਂ ਦੇਖ ਕੇ ਕਰੇ ਕਰੀ, ਇੱਥੇ ਤਾਂ ਬਹੁਤ ਬੜੀ ਪਹਾੜ ਨੇ, ਪੋੜੋ ਬਣਾਏ ਹੋਏ ਨੇ, ਗਿੱਲਾ ਵਾਲਾ ਪੁਲ, ਪ੍ਰਤਾਪ ਚੌਂਕ ਪੁਲ, ਕਿੰਨੇ ਢਡਾਰੀ ਵਾਲਾ ਪੁਲ, ਸਾਹਮਣੇ ਵਾਲਾ। ਨਾ ਮੈਂ ਕਿਹਾ ਇਹੋ ਜਿਹੀ ਕਮਲੀ ਸੀਗੀ ਤਾਂ ਹੀ ਡੈਡੀ ਕੋਲ ਰਹੀ ਗਈ, ਜੇ ਚਤਰ ਹੁੰਦੀ ਫਿਰ ਕਾਹਨੂੰ ਰਹਿੰਦੀ। ਨਹੀਂ ਮੰਮੀ, ਇਹ ਤਾਂ ਡੈਡੀ ਮਜ਼ਾਕ ਕਰੀ ਜਾਂਦੇ ਆ, ਮੰਮੀ ਨੇ ਵੀ ਤਾਂ ਕਮਲੀ ਕਮਲੀ ਕਹਿੰਦੇ ਮੈਨੂੰ ਹਰ ਟਾਈਮ ਕਮਲੀ ਕਮਲੀ ਮੇਰੀ ਕਮਲੀ। ਇਹ ਵੀ ਮੰਮੀ ਪਿਆਰ ਨਾਲ ਕਹਿੰਦੇ ਆ ਡੈਡੀ। ਚਲੋ ਡੈਡੀ, ਹੁਣ ਆਪਾਂ ਜਾਣਾ ਸ਼ਾਇਦ ਵਿਆਹ ਤੇ। ਜਾਗੋ ਜਾਗੋ ਤੇ ਤਿਆਰ ਹੋ ਜਾਓ, ਮੈਂ ਗੱਡੀ ਲੈ ਕੇ ਆਉਣਾ ਡੈਡੀ। ਫਿਰ ਉਦੋਂ ਹੀ ਜਾਵਾਂਗੇ ਜਦੋਂ ਗੱਡੀ ਲੈ ਕੇ ਆਵਾਂਗੇ। ਮੇਲੇ ਤਾਂ ਚਲੋ ਜੀ, ਆਪਾਂ ਹੁਣ ਇੱਥੇ ਕਰਦੇ ਆ ਵੀਡੀਓ ਦਾ ਐਂਡ, ਕਿਉਂਕਿ ਹੁਣ ਜਾਣਾ ਘਰਦਿਆਂ ਨੇ ਵਿਆਹ ਤੇ। ਡੈਡੀ ਅਮਰੂਦ ਆਇਆ ਜੀ, ਡੈਡੀ ਬੀ ਲੈਸ ਆ, ਬੀ ਲੈਸ ਜਿਆਦਾ ਤਾਂ ਪੈਨਸ਼ਨ ਆਏ ਤਾਂ ਭਰਤੀ ਹੋਈ ਜਾਂ ਤਨਖਾਹ ਘਟਦੀ। ਇਹ ਸਾਰੇ ਨਿਆਣੇ ਪੜਾਉਂਦੇ ਮਰ ਗਏ, ਇੱਥੇ ਫਿਰ ਨਿਆਣੇ ਦੇ ਵਿਆਹ ਕਰਨੇ ਪੈ ਗਏ, ਜਵਾਕ ਮਗਰੋਂ ਮਗਰ ਹੀ ਆ ਗਏ ਵੀ ਸਾਰੇ 5-7 ਸਾਲ ਬਾਅਦ ਆ ਚੁੱਕੇ, ਚਾਰ ਤਾਂ ਨੋਟ ਕਰ ਲਏ, ਜਿਵੇਂ ਆਪਣਾ ਅੰਗਤ ਆ ਗਿਆ ਇਵੇਂ ਜਵਾਕ ਆ ਗਏ ਸੀ। ਚਲੋ ਜੀ, ਹਾਂ ਸਮਝਾਕ ਤਾਂ ਸਾਡਾ ਚੱਲਦਾ ਹੀ ਰਹਿਣਾ ਜੀ, ਤੇ ਹੁਣ ਅਸੀਂ ਕਰਦੇ ਆ ਵੀਡੀਓ ਦਾ ਐਂਡ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।